पातड़ा उपमंडल के गांव गिलाहट की नाबालिग लड़की की हत्या के मामले में बाकी आरोपियों को गिरफ्तार करने के लिए कैंडल मार्च निकाला गया। बता दें कि इस मानस शहर में तहसील कॉम्प्लेक्स से राजपूत बिरादरी की नाबालिग लड़की पातड़ा उपमंडल के गांव गिलाहट की थी और उसकी खनौरी के पास से एक गांव में दर्दनाक हत्या करने के बाद पेट्रोल डालकर जला दिया गया और दो आरोपियों को पुलिस ने गिरफ्तार कर लिया है। लेकिन पीड़ित परिवार अभी तक जो बाकी आधा दर्जन से ज्यादा लोग हैं उनकी गिरफ्तारी के लिए लगातार मांग कर रहा है। और आज इस बिरादरी के लोगों ने स्माना में, जिनमें से भारी गिनती में महिलाएं भी शामिल हुई, आरोपियों की गिरफ्तारी की मांग को लेकर कैंडल मार्च निकाला और कहा कि सेलिना नाम की लड़की की हत्या की गई है, उसके आरोपियों को फांसी की सजा दी जाए। इस मौके सतपाल सिंह ने कहा कि जब तक आरोपी नहीं पकड़े जाएंगे तब तक उनका संघर्ष जारी रहेगा। आजाद टीवी न्यूज के लिए स्माना से कैमरामैन बालकृष्ण गर्ग के साथ नेहा कौशिक की रिपोर्ट। पिंड गुलाड़ी सी जी, खनौरी लवे है, हां जी, ते स्कूटरी ते आ रही सी जी, ते पांच मुंडे आ रहे सी, ते उन्होंने किडनैप कर लिया, ते ओदे लत्ता बहा वड के, हां जी, लत्ता बहा वड के ओदियां, ते ओनु वीर दे विच सिट्टी पई थी। तीन चार दिन बाद लब्भी आ, बलात्कार करया होया सी कुड़ी दा, ਵੱਡ ਟੁੱਕ ਕੇ ਤੇ ਸਿੱਟੀ ਪਈ ਤੇ ਪ੍ਰਸ਼ਾਸਨ ਨੇ ਤਾਂ ਕੁਝ ਨਹੀਂ ਕੀਤਾ। ਹਾਂਜੀ, ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਤੇ ਸਾਨੂੰ ਇਹੀ ਇਹੀ ਸਾਡੀ ਮੰਗ ਇਹੀ ਹੈ ਕਿ ਸਲੋਨੀ ਦੇ ਕਾਤਲ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ। ਫੜੇ ਸੀ ਉਹ ਫੜ ਰੱਖੇ ਆ, ਦੋ ਬੰਦੇ ਫੜ ਰੱਖੇ ਹੈ ਜੀ। ਹਾਂਜੀ, ਹੋਰ ਬੰਦੇ ਪਰ ਹੋਰ ਅੱਠ ਬੰਦੇ ਨਹੀਂ ਆਲੇ ਤਾਂ ਕੁਝ ਨਹੀਂ ਫੜਿਆ। ਸੰਜੂ ਕੁਮਾਰ ਜੀ ਜਿਹੜੀ ਸਲੋਨੀ ਦੀ ਕੀ ਲਈ ਤੁਹਾਡੀ? ਸਾਡੇ ਨਾਲ ਨਾਨਕੇ ਪਿੰਡ ਦੀ ਕੁੜੀ ਸੀ ਜੀ, ਸਾਡੀ ਬੇਟੀ ਹੈ ਜੀ, ਸਾਡੀ ਨਾਨਕੇ ਪਿੰਡ ਦੀ ਬੇਟੀ ਹੈ, ਸਾਰੇ ਸਮਾਜ ਦੀ ਬੇਟੀ ਹੈ ਜੀ। ਸਾਡੇ ਨਾਨਕੇ ਪਿੰਡ ਦੀ ਕੁੜੀ ਸੀ ਜੀ, ਉਹਨਾਂ ਸੈਂਟਰ 'ਚ ਗਈ ਹੋਈ ਸੀ, ਅਚਾਨਕ ਤਿੰਨ ਚਾਰ ਮੁੰਡਿਆਂ ਨੇ ਉਹਨੂੰ ਕਿਡਨੈਪ ਕਰਕੇ, ਪੰਜ ਮੁੰਡਿਆਂ ਨੇ ਕਿਡਨੈਪ ਕਰਕੇ ਉਹਦਾ ਬਲਾਤਕਾਰ ਕਰਕੇ ਉਹਨੂੰ ਲੱਤਾਂ ਬਾਹਾਂ ਵੱਢ ਕੇ ਉਹਨੂੰ ਨਹਿਰ ਦੇ ਕੰਢੇ ਦੇ ਸੁੱਟ ਕੇ ਚਲੇ ਗਏ। ਜਦੋਂ ਸਾਨੂੰ ਪਤਾ ਲੱਗਿਆ 22 ਤਰੀਕ ਦੀ ਘਟਨਾ ਸੀ ਅਤੇ 25-26 ਤਰੀਕ ਨੂੰ ਸਾਨੂੰ ਪਤਾ ਚੱਲਿਆ, ਅਤੇ ਜਦੋਂ ਪਤਾ ਚੱਲਿਆ, ਜਦੋਂ ਅਸੀਂ ਲਾਸ਼ ਲੈਣ ਗਏ ਤਾਂ ਸਾਰੀ ਕੁੱਤਿਆਂ ਦੀ ਖਾਈ ਪਈ ਸੀਗੀ ਅਤੇ ਹਾਲੇ ਤੱਕ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ। ਅੱਠ ਬੰਦੇ ਦੋਸ਼ੀ ਨੇ ਜੀ, ਸਣੇ ਸਰਪੰਚ ਹੈ ਬੂਟਾ ਸਿੰਘ, ਸਰਪੰਚ ਹੈ ਗੁਲਾਟ ਪਿੰਡ ਦਾ, ਉਹਨੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ। ਨਾਲੇ ਉਹ ਕੀ ਦੋਸ਼ੀਆਂ ਨੂੰ, ਨਾਲੇ ਕੀ ਉਹ ਵੀ ਦੋਸ਼ੀਆਂ ਨੂੰ ਨਾ ਜੀ, ਨਾਲੇ ਦੋਸ਼ੀਆਂ ਨੂੰ ਮਦਦ ਕਰ ਰਿਹਾ। ਤੁਸੀਂ ਹੁਣ ਕੈਂਡਲ ਮਾਰਚ ਕਰ ਰਹੇ ਹੋ, ਹੋਰ ਕੀ ਮੰਗ ਕਰਦੇ? ਅਸੀਂ ਕੈਂਡਲ ਮਾਰਚ ਕੱਢਦੇ ਹਾਂ, ਅਸੀਂ ਇਹੀ ਮੰਗ ਮੰਗਦੇ ਹਾਂ ਵੀ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਦੋਸ਼ੀਆਂ ਕੋ ਫਾਂਸੀ ਦਿਓ। ਇਹ ਲੜਕੀ ਮੇਰੇ ਪਿੰਡ ਦੇ ਮੁੰਡੇ ਸੀ, ਗਲਾੜ ਪਿੰਡ ਦੇ ਜੀ, ਇਹਨਾਂ ਨੇ ਵਾਰਦਾਤ ਕਰੀ ਹੈ ਜੀ, ਉਹ ਲੜਕੀ ਨੂੰ ਇਹਨਾਂ ਨੇ ਮਾਰਤਾ ਜੀ। ਰਿਪੋਰਟ ਪੁਲਿਸ ਨੂੰ ਮਿਸਿੰਗ ਦੀ ਲਿਖਾਈ ਤੁਸੀਂ? ਪਰਿਵਾਰ ਨੇ ਰਿਪੋਰਟ ਲਿਖਾਈ ਹੈ, ਅਸੀਂ ਪਰਿਵਾਰ ਨਾਲ ਗਏ ਹਾਂ, ਪਰਿਵਾਰ ਨਾਲ ਪਹਿਲਾਂ ਵੀ ਖੜੇ ਸੀ, ਅੱਜ ਵੀ ਪਰਿਵਾਰ ਨਾਲ ਅਸੀਂ ਖੜੇ ਹਾਂ। ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਬਹੁਤ ਹੀ ਮਾੜਾ ਹੋਇਆ। ਪੁਲਿਸ ਤੁਹਾਨੂੰ ਕੀ ਕਹਿੰਦੇ ਰਹੀ, ਸਤਰਾਣ ਹੈ ਖਨੌਰੀ ਵਾਲੇ, ਕਿਸ ਤਰ੍ਹਾਂ ਮਤਲਬ ਜਾਣਦੇ? ਹਾਂ ਜੀ, ਉਦੋਂ ਜੀ ਇਸ ਤਰ੍ਹਾਂ ਸੀ, ਜਦੋਂ ਅਸੀਂ ਗਏ ਹਾਂ ਉਦੋਂ ਕਹਿੰਦੇ ਤੁਹਾਨੂੰ ਥਾਣਾ ਸਤਰਾਣਾ ਲੱਗਦਾ, ਸਤਰਾਣੇ ਜਾਓ, ਸਤਰਾਣੇ ਵਾਲੇ ਕਹਿੰਦੇ ਸੀ ਵੀ ਖਨੌਰੀ ਜਾਓ ਜੀ, ਪਰ ਖਨੌਰੀ ਪੁਲਿਸ ਨੇ ਸਾਡਾ ਵਧੀਆ ਸਾਥ ਦਿੱਤਾ ਜੀ, ਐਸ ਐਚ ਓ ਸਾਹਿਬ ਨੇ, ਅਤੇ ਇਸ ਕੇਸ ਮਤਲਬ ਜੋ ਹੈਗਾ ਸੀ ਕਤਲ ਕਰਿਆ ਸੀ ਦੋਸ਼ੀ। ਮੈਂ ਉਸ ਪਰਿਵਾਰ ਦੀ ਸਰ 1% ਵੀ ਮਦਦ ਨਹੀਂ ਕਰੀ। ਮੈਂ ਪਰਮਾਤਮਾ ਨੂੰ ਧਿਆ ਕੇ ਕਹਿੰਦਾ, ਮੈਂ ਲੜਕੀ ਪਰਿਵਾਰ ਨਾਲ ਪਹਿਲਾਂ ਵੀ ਖੜਿਆ ਸੀ, ਅੱਜ ਵੀ ਖੜਿਆ ਜੀ। ਮੈਂ ਕੋਈ ਧਮਕੀ ਨਹੀਂ ਦਿੱਤੀ ਜੀ, ਧੀਆਂ ਭੈਣਾਂ ਸਾਰੇ ਪਿੰਡ ਦੀ ਸਾਂਝੀਆਂ ਹੁੰਦੀਆਂ ਨੇ, ਮੈਂ ਨਗਰ ਦਾ ਸਰਪੰਚ ਹਾਂ, ਉਹ ਮੇਰੀਆਂ ਬੱਚੀਆਂ ਨੇ, ਮੇਰੀਆਂ ਭੈਣਾਂ ਨੇ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।